ਦਾ ਪ੍ਰਚਾਰ ਕਰਨ ਤੇ ਰੋਗੀਆਂ ਨੂੰ ਚੰਗੇ ਕਰਨ ਲਈ ਕਰਦੇ ਕਿਤੇ ਕਿਤੇ ਪ੍ਰਭੂ ਨੇ ਕੰਮ ਕੀਤੇ ਅੰਦੇ ਕਹਿੰਦੇ ਕੰਮ ਨਹੀਂ ਇਹੀ ਕੰਮ ਪਹਿਲਾਂ ਵੀ ਹੁੰਦੇ ਸੀ ਅੱਜ ਵੀ ਹੁੰਦੇ ਆ ਤੇ ਆਉਣ ਵਾਲੇ ਸਮਿਆਂ ਦੇ ਵਿੱਚ ਵੀ ਹੋਣਗੇ ਕਿ ਮੁੰਡੇ ਆਏ ਨਾ ਰੁਕੜੇ ਐਂ ਹੁੰਦੇ अग जीबा वखरिया वखरिया हुंदियां विखाई दित्तियां अते उन्हां विचों हरेक उत्ते उतरियां तद उह सभ पवित्र आत्मा नाल भर गए ते होर बोलियां बोलण लग पए जिवें आत्मा ने उन्हां नूं बोलण दित्ता परमेश्वर ने परमेश्वर की आत्मा ने विश्वास किनू करना पैना वे विश्वास किनू करना पैना आपां नूं जिहदे विश्वास करूंगा परमेश्वर उहनूं छू के फिर चंगा ਕਹਿੰਦਾ ਮੈਂ ਆਪਣੇ ਦਾਸਾਂ ਅਤੇ ਆਪਣੀਆਂ ਦਾਸੀਆਂ ਉੱਤੇ ਉਨੀ ਜਿਵੇਂ ਆਪਣੇ ਆਤਮਾ ਵਹਾਂ ਵਿੱਚੋਂ ਬਣਾ ਦਿਆਂਗਾ ਪਰਮੇਸ਼ਵਰ ਆਪਣਾ ਆਤਮਾ ਆਪਣੇ ਸਾਰਿਆਂ ਦੇ ਬਣਾ ਦੂਗਾ ਪਰ ਵਿਸ਼ਵਾਸ ਆਪਾਂ ਨੂੰ ਕਰਨਾ ਕਹਿੰਦਾ ਇਨਸਾਨ ਤੇਰੇ ਰਚਨਹਾਰਾ ਪਰਮੇਸ਼ਵਰ ਦੀ ਜਾਣਕਾਰੀ ਲਈ ਪੜ੍ਹ ਅਤੇ ਜਾਣ ਤੇਰਾ ਰਿਸ਼ਤਾ ਪਰਮੇਸ਼ਵਰ ਨਾਲ ਹੈ ਜਾਂ ਸ਼ੈਤਾਨ ਨਾਲ ਹੈ परमेश्वर तेरा प्रेमी है शैतान तेरा गोती है जान अते बच्चा अपना रिश्ता परमेश्वर नाल ठीक कर रब नूं जान जिसने तेनूं अपने स्वरूप ते बनाया हुणा खुदा ते शैतान दे दस्सदे शैतान दे काम की है ते रब दे काम की है परमेश्वर अपना दिल बदलदा कि अपने कोल रहो अपना घर बनाया कहिंदा रब हर जगह वसदा है शैतान सानूं किसे जगह ते जाण दा इशारा करदा है ਕਿਸੇ ਖਾਸ ਜਗ੍ਹਾ ਉੱਤੇ ਜਾਣ ਲੱਗੇ ਅਸੀਂ ਮੂੰਹ ਵਿੱਚੋਂ ਬੁਰਾ ਲਫ਼ਜ਼ ਨਹੀਂ ਬੋਲਦੇ ਬੜੇ ਆਦਰ ਮਾਣ ਨਾਲ ਜਾਂਦੇ ਹਾਂ ਪਰ ਘਰ ਆ ਕੇ ਸਾਡੇ ਵਿੱਚ ਸਾਰੀਆਂ ਬੁਰਾਈਆਂ ਹੁੰਦੀਆਂ ਕਹਿੰਦਾ ਰੱਬ ਚੜਾਵੇ ਸੁੱਖਣਾ ਨਹੀਂ ਮੰਗਦਾ ਉਹ ਬੰਦੇ ਦਾ ਦਿਲ ਮੰਗਦਾ ਹੈ ਤੇ ਦਿਲ ਵਿੱਚ ਹੀ ਰਹਿੰਦਾ ਹੈ ਕਹਿੰਦਾ ਸ਼ੈਤਾਨ ਚੜਾਵੇ ਸੁੱਖਣਾ ਮੰਗਦਾ ਹੈ ਪਰ ਪਾਪ ਤੋਂ ਮਨਾ ਨਹੀਂ ਕਰਦਾ ਕੀ ਅਸੀਂ ਰੱਬ ਨੂੰ ਚੜਾਵੇ ਨਾਲ ਖੁਸ਼ ਕਰ ਸਕਦੇ ਹਾਂ ਉਹ ਤਾਂ ਸਾਰੀ ਸ੍ਰਿਸ਼ਟੀ ਨੂੰ ਖਾਣ ਲਈ ਦਿੰਦਾ ਹੈ ਆਦਮੀ ਰੱਬ ਨੂੰ ਕੀ ਦੇ ਸਕਦਾ ਚੜਾਵੇ ਨਾਲ ਰੱਬ ਨੂੰ ਖੁਸ਼ ਕਰ ਲਾਂਗੇ ਨਹੀਂ ਕਰ ਸਕਦੇ ਉਹ ਤਾਂ ਆਪਾਂ ਨੂੰ ਮਾਰ ਦਿੰਦਾ ਕਹਿੰਦਾ ਪਰਮੇਸ਼ਵਰ ਇਨਸਾਨ ਨੂੰ ਅੰਦਰੋਂ ਬਦਲਦਾ ਹੈ ਉਹ ਆਪਣੇ ਅੰਦਰੋਂ ਬਦਲਦਾ ਆਪਣਾ ਧਰਮ ਨਹੀਂ ਬਦਲਦਾ ਕਹਿੰਦਾ ਸ਼ੈਤਾਨ ਇਨਸਾਨ ਨੂੰ ਬਾਹਰੋਂ ਬਦਲਾਉਂਦਾ ਹੈ ਜਿਸ ਤਰ੍ਹਾਂ ਮੱਥੇ ਤੇ ਤਿਲਕ ਲਗਾਉਣਾ ਮਾੜਾ ਪਾਣੀ ਭਗਵੇਂ ਚੋਲੇ ਪਾਣੀ ਸਿਰ ਵਿੱਚ ਸੁਰਾ ਪਾਣੀ ਤੇ ਸਾਰਾ ਦਿਨ ਘਰ ਘਰ ਮੰਗਣਾ ਇਹ ਸ਼ੈਤਾਨ ਦੇ ਕੰਮ ਕਹਿੰਦਾ ਰੱਬ ਹੇਰਾ ਫੇਰੀ ਦੀ ਕਮਾਈ ਤੋਂ ਖੁਸ਼ ਨਹੀਂ ਹੁੰਦਾ ਕਹਿੰਦਾ ਸ਼ੈਤਾਨ ਹੇਰਾ ਫੇਰੀ ਕਰਾਉਂਦਾ ਹੈ ਤੇ ਕਹਿੰਦਾ ਮੈਨੂੰ ਚੜਾਵੇ ਚੜਾਓ ਅਤੇ ਤੁਸੀਂ ਹੇਰਾ ਫੇਰੀ ਕਰੀ ਜਾਓ ਜਦੋਂ ਮੈਂ ਰੱਬ ਵਾਲੇ ਪਾਸੇ ਨਹੀਂ ਸੀ ਚੱਲਦਾ ਤਾਂ ਮੈਂ ਸਾਰਾ ਦਿਨ ਹੇਰਾ ਫੇਰੀ ਕਰਨੀ ਤੇ ਬਾਅਦ ਵਿੱਚ 100 ਰੁਪਈਏ ਦਾ ਪ੍ਰਸ਼ਾਦ ਚੜਾ ਦਿੰਦਾ ਮੈਨੂੰ ਕਿਸੇ ਬਾਬੇ ਨੇ ਤੇ ਕਿਸੇ ਨੇ ਨਹੀਂ ਸੀ ਕਿਹਾ ਕਿ ਹੇਰਾ ਫੇਰੀ ਦਾ ਦਾਨ ਨਹੀਂ ਚੜਦਾ ਤੇ ਨਾ ਹੀ ਕੋਈ ਫੜ ਲੈਂਦਾ ਕਹਿੰਦਾ ਰੱਬ ਕਹਿੰਦਾ ਮੇਰੇ ਨਾਮ ਵਿੱਚ ਪ੍ਰਾਰਥਨਾ ਕਰੋ ਤੇ ਖਾਣਾ ਪਵਿੱਤਰ ਹੋ ਜਾਂਦਾ ਹੈ ਅਤੇ ਸ਼ੈਤਾਨ ਕਹਿੰਦਾ ਪਹਿਲਾਂ ਮੇਰੇ ਲਈ ਵੱਖਰਾ ਕੱਢੋ ਅੱਜ ਤੱਕ ਕਦੀ ਕਿਸੇ ਦੀ ਖਾਣੀ ਦੇਖੀ ਹੈ ਸ਼ੈਤਾਨ ਕਹਿੰਦਾ ਮੈਨੂੰ ਖਾਣਾ ਸੁੱਚਾ ਚਾਹੀਦਾ ਹੈ ਜੋ ਸਾਡੇ ਬੱਚੇ ਸਾਡੇ ਅੰਦਰ ਰੋਟੀ ਚੁੱਕ ਕੇ ਖਾ ਲੈਣ ਤਾਂ ਅਸੀਂ ਗੁੱਸਾ ਨਹੀਂ ਕਰਦੇ ਜੇ ਅਸੀਂ ਰੱਬ ਦੇ ਬੱਚੇ ਹਾਂ ਤਾਂ ਸ਼ੈਤਾਨ ਸੁੱਚਾ ਖਾਣਾ ਕਿਉਂ ਖਾਦਾ ਹੈ ਸ਼ੈਤਾਨ ਕਹਿੰਦਾ ਪਹਿਲਾਂ ਮੈਨੂੰ ਵਾਸ਼ਨਾ ਚਾਹੀਦੀ ਹੈ ਜੇ ਵਾਸ਼ਨਾ ਵਾਲੀ ਗੱਲ ਹੈ ਤਾਂ ਸ਼ਹਿਰ ਵਿੱਚ ਲੱਡੂ ਜਲੇਬੀਆਂ ਤੇ ਹਰ ਤਰ੍ਹਾਂ ਦੀ ਮਠਿਆਈ ਬਣਦੀ ਹੈ ਸ਼ੈਤਾਨ ਕੋਲ ਉੱਥੇ ਨਹੀਂ ਜਾਂਦਾ ਕਿ ਉਸਦੇ ਮੋਢੇ ਦੁਖਦੇ ਹਨ ਕਹਿੰਦਾ ਰੱਬ ਹੱਥਾਂ ਨਾਲ ਬਣਾਇਆ ਨਹੀਂ ਜਾ ਸਕਦਾ ਕਹਿੰਦਾ ਸ਼ੈਤਾਨ ਇਨਸਾਨ ਕੋਲੋਂ ਮੜੀ ਬੁੱਤ ਮੂਰਤੀ ਦੀ ਪੂਜਾ ਕਰਾਉਂਦਾ ਹੈ ਜੋ ਇਨਸਾਨ ਦੇ ਹੱਥ ਦੀ ਕਾਰੀਗਰੀ ਹੈ ਕਹਿੰਦਾ ਰੱਬ ਹੱਥਾਂ ਦੇ ਬਣਾਏ ਮੰਦਰਾਂ ਵਿੱਚ ਨਹੀਂ ਰਹਿੰਦਾ ਕਹਿੰਦਾ ਇਨਸਾਨ ਰੱਬ ਨੂੰ ਹੱਥਾਂ ਦੇ ਬਣਾਏ ਹੋਏ ਮੰਦਰਾਂ ਵਿੱਚ ਤੇ ਤੀਰਥ ਇਸ਼ਨਾਨਾਂ ਵਿੱਚ ਪਹਾੜਾਂ ਵਿੱਚ ਲੱਭਦਾ ਹੈ ਕਹਿੰਦਾ ਰੱਬ ਕਿਸੇ ਇਨਸਾਨ ਕੋਲੋਂ ਕੋਈ ਸੇਵਾ ਨਹੀਂ ਕਰਾਉਣਾ ਚਾਹੁੰਦਾ ਪਰ ਸ਼ੈਤਾਨ ਕਹਿੰਦਾ ਹੈ ਕਹਿੰਦਾ ਮੇਰੀ ਕਬਰ ਨੂੰ ਇਸ਼ਨਾਨ ਕਰਾਓ ਧੂਪ ਦਿਖਾਓ ਸਫਾਈ ਕਰੋ ਤੇ ਕਬਰ ਤੇ ਕੱਪੜਾ ਦੇ ਝੰਡਾ ਚੜਾਓ ਕਹਿੰਦਾ ਰੱਬ ਦਾ ਧਰਮ ਨਾ ਹਿੰਦੂ ਹੈ ਨਾ ਸਿੱਖ ਹੈ ਨਾ ਮੁਸਲਮਾਨ ਹੈ ਨਾ ਈਸਾਈ ਹੈ ਉਸਦਾ ਧਰਮ ਸੱਚਾਈ ਹੈ
ਅੱਖਾਂ ਦੀ ਜਸਮ ਦੀ ਤੇ ਖਿਆਲਾਂ ਦੀ ਪਵਿੱਤਰਤਾ ਹੀ ਹੈ। ਕਹਿੰਦਾ ਰੱਬ ਦਾ ਕੋਈ ਧਰਮ ਨਹੀਂ, ਨਾ ਹਿੰਦੂ ਹੈ, ਨਾ ਸਿੱਖ ਹੈ, ਤੇ ਨਾ ਮੁਸਲਮਾਨ ਹੈ, ਤੇ ਨਾ ਇਸਾਈ ਹੈ। ਤਾਂ ਇਹਨੇ ਵੰਡੀਆਂ ਪਾਈਆਂ ਹੁੰਦੀਆਂ। ਕਹਿੰਦਾ ਸ਼ੈਤਾਨ ਸਾਨੂੰ ਧਰਮਾਂ ਦੀਆਂ ਵੰਡਾਂ ਪਾ ਕੇ ਆਪਸ ਵਿੱਚ ਲੜਾਉਂਦਾ ਹੈ। ਕੌਣ ਲੜਾਉਂਦਾ ਹੈ? ਸ਼ੈਤਾਨ ਲੜਾਉਂਦਾ ਹੈ। ਕਹਿੰਦਾ ਰੱਬ ਚਾਹੁੰਦਾ ਮੇਰੇ ਬੱਚੇ ਹਰ ਹਫ਼ਤੇ ਬੰਦਗੀ ਵਿੱਚ ਆਉਣ, ਸ਼ੈਤਾਨ ਚਾਹੁੰਦਾ ਜਦੋਂ ਮਰਜ਼ੀ ਆਓ, ਸਾਲ ਵਿੱਚ ਭਾਵੇਂ 6 ਮਹੀਨਿਆਂ ਬਾਅਦ ਆਓ। ਕਹਿੰਦਾ ਰੱਬ ਜਿਉਂਦਾ ਅਤੇ ਹਾਜ਼ਰ ਜਵਾਬ ਹੈ। ਕਹਿੰਦਾ ਸ਼ੈਤਾਨ ਮੁਰਦਾ ਹੈ, ਮੁਰਦਿਆਂ ਦੀ ਪੂਜਾ ਕਰਾਉਂਦਾ ਹੈ, ਪ੍ਰਾਰਥਨਾ ਦਾ ਕੋਈ ਜਵਾਬ ਨਹੀਂ ਮਿਲਦਾ। ਕਹਿੰਦਾ ਰੱਬ ਸਾਨੂੰ ਕਿਸੇ ਹੋਰ ਦੀ ਪੂਜਾ ਕਰਨ ਵਾਸਤੇ ਨਹੀਂ ਕਹਿੰਦਾ। ਕੀ ਕਦੀ ਕਿਸੇ ਨੇ ਇਹ ਕਿਹਾ ਕਿ ਉਹ ਵੀ ਮੇਰਾ ਬਾਪ ਹੈ ਤੇ ਉਹ ਵੀ ਮੇਰਾ ਬਾਪ ਹੈ? ਜੇ ਬਾਪ ਇੱਕ ਹੈ ਤੇ ਰੱਬ ਵੀ ਇੱਕ ਹੈ। ਜਿਸਨੇ ਸਾਰੀ ਸ੍ਰਿਸ਼ਟੀ ਦੀ ਰਚਨਾ 6 ਦਿਨਾਂ ਵਿੱਚ ਕੀਤੀ, ਹੋਰ ਕਿਸੇ ਨੇ ਦੁਨੀਆਂ ਉੱਤੇ ਕੀ ਬਣਾਇਆ? ਕਹਿੰਦਾ ਸ਼ੈਤਾਨ ਕਹਿੰਦਾ ਹੈ ਪੂਜਾ ਕਰਨੀ ਹੈ ਜਿਸ ਦੀ ਮਰਜ਼ੀ ਕਰ ਲਓ। ਯਿਸੂ ਮਸੀਹ ਦੇ ਨਾਮ ਵਿੱਚ ਹੀ ਪਾਪਾਂ ਦੀ ਮਾਫੀ ਹੈ। ਸ਼ੈਤਾਨ ਪਾਪ ਕਰਾਉਂਦਾ ਹੈ, ਚੜਾਵੇ ਲੈ ਕੇ ਵੀ, ਮਿੰਨਤਾਂ ਕਰਾ ਕੇ ਵੀ, ਸਾਡਾ ਪਿੱਛਾ ਨਹੀਂ ਛੱਡਦਾ। ਕਹਿੰਦਾ ਰੱਬ ਕੋਲ ਦੁਨਿਆਵੀ ਤੇ ਰੂਹਾਨੀ ਬਰਕਤਾਂ ਹਨ, ਪਰ ਸ਼ੈਤਾਨ ਕੋਲ ਦੁਨਿਆਵੀ ਬਰਕਤ ਹੈ ਪਰ ਉਸ ਵਿੱਚ ਸ਼ਾਂਤੀ ਨਹੀਂ ਮਿਲਦੀ। ਜਿਹੜਾ ਆਪ ਇੱਥੇ ਬੈਠਾ ਤੁਹਾਨੂੰ ਸਵਰਗ ਨੂੰ ਕਿਵੇਂ ਲੈ ਜਾਂਦਾ? ਕਹਿੰਦਾ ਰੱਬ ਦੇ ਲੋਕਾਂ ਦੇ ਸ਼ਾਂਤੀ, ਪਿਆਰ, ਦਿਆਲਗੀ, ਨਰਮਾਈ ਤਿੰਨ ਜ਼ਰੂਰੀ ਹੈ, ਪਰ ਸ਼ੈਤਾਨ ਦੇ ਲੋਕਾਂ ਵਿੱਚ ਈਰਖਾ, ਝਗੜੇ, ਲੜਾਈਆਂ, ਪਰੇਸ਼ਾਨੀਆਂ ਤੇ ਬੇਚੈਨੀਆਂ ਹੁੰਦੀਆਂ ਹਨ। ਕਹਿੰਦਾ ਰੱਬ ਇਨਸਾਨ ਨੂੰ ਪਵਿੱਤਰ ਕਰਕੇ ਸਵਰਗ ਵਿੱਚ ਲਿਜਾਣਾ ਚਾਹੁੰਦਾ ਹੈ ਜਿੱਥੇ ਹਮੇਸ਼ਾ ਦਾ ਜੀਵਨ ਹੈ। ਕਹਿੰਦਾ ਸ਼ੈਤਾਨ ਇਨਸਾਨ ਨੂੰ ਭ੍ਰਿਸ਼ਟ ਕਰਕੇ ਨਰਕ ਵਿੱਚ ਲਿਜਾਣਾ ਚਾਹੁੰਦਾ ਹੈ ਜਿੱਥੇ ਹਮੇਸ਼ਾ ਵਾਸਤੇ ਅੱਗ ਦੀ ਚੀਜ਼ ਹੈ। ਯਿਸੂ ਮਸੀਹ ਨੇ ਕਿਹਾ ਜਿੱਥੇ 2 ਜਾਂ 3 ਮੇਰੇ ਨਾਮ ਵਿੱਚ ਇਕੱਠੇ ਹੁੰਦੇ ਹਨ ਉੱਥੇ ਮੈਂ ਉਹਨਾਂ ਦੇ ਵਿਚਕਾਰ ਹਾਂ। ਪਰ ਸ਼ੈਤਾਨ ਦਾ ਕੋਈ ਦਿਨ ਨਹੀਂ ਰੱਖਿਆ ਹੁੰਦਾ, ਉਸ ਤੋਂ ਬਗੈਰ ਹੋਰ ਕਿਸੇ ਦਿਨ ਤੁਹਾਡੇ ਲਈ ਪ੍ਰਾਰਥਨਾ ਨਹੀਂ ਕੀਤੀ ਜਾਵੇਗੀ। ਰੱਬ ਚਾਹੁੰਦਾ ਮੈਨੂੰ ਪਾ ਕੇ ਹੋਰ ਲੋਕਾਂ ਨੂੰ ਮੇਰੇ ਬਾਰੇ ਦੱਸਿਆ ਜਾਵੇ, ਤੇ ਸ਼ੈਤਾਨ ਕਹਿੰਦਾ ਬੈਠ ਕੇ ਮੇਰਾ ਨਾਮ ਜਪੋ ਪਰ ਕਿਸੇ ਨੂੰ ਦੱਸਣਾ ਨਹੀਂ। ਰੱਬ ਨੇ ਸਾਨੂੰ ਅੱਖਾਂ ਦਿੱਤੀਆਂ ਤੇ ਉਹ ਵੀ ਦੇਖਦਾ ਹੈ। ਸ਼ੈਤਾਨ ਕਹਿੰਦਾ ਬੁਰਾ ਕੰਮ ਕਰ, ਚੋਰੀ ਕਰ, ਹਨੇਰੇ ਵਿੱਚ ਕਰ, ਤੈਨੂੰ ਕੋਈ ਨਹੀਂ ਦੇਖਦਾ। ਰੱਬ ਨੇ ਕੰਨ ਦਿੱਤੇ ਹਨ ਤੇ ਉਹ ਸੁਣਦਾ ਵੀ ਹੈ, ਸ਼ੈਤਾਨ ਪ੍ਰਾਰਥਨਾ ਨੂੰ ਨਹੀਂ ਸੁਣਦਾ। ਕਹਿੰਦਾ ਰੱਬ ਦੇ ਨਾਮ ਵਿੱਚ ਜ਼ਿੰਦਗੀ ਹੈ ਤੇ ਸ਼ੈਤਾਨ ਦੇ ਨਾਮ ਵਿੱਚ ਮੌਤ ਹੈ। ਰੱਬ ਪਵਿੱਤਰ ਆਤਮਾ ਹੈ ਤੇ ਪਵਿੱਤਰ ਕਰਦਾ ਹੈ, ਸ਼ੈਤਾਨ ਭ੍ਰਿਸ਼ਟ ਆਤਮੀਆਂ ਹੈ ਤੇ ਭ੍ਰਿਸ਼ਟ ਕਰਦਾ। ਰੱਬ ਉਹ ਹੈ ਜਿਸ ਨੇ ਇਨਸਾਨ ਨੂੰ ਆਪਣੀ ਸ਼ਕਲ ਤੇ ਬਣਾਇਆ ਤੇ ਆਪਣਾ ਆਤਮਾ ਇਨਸਾਨਾਂ ਵਿੱਚ ਪਾਇਆ। ਜਰਾ ਸੋਚੋ ਜਿੰਨਾ ਮਰੇ ਹੋਏ ਇਨਸਾਨਾਂ ਨੂੰ ਤੁਸੀਂ ਮੰਨਦੇ ਹੋ, ਕੀ ਉਹਨਾਂ ਦਾ ਆਤਮਾ ਤੁਹਾਡੇ ਵਿੱਚ ਹੈ ਜਾਂ ਰੱਬ ਦਾ? ਰੱਬ ਨੇ ਆਪਣੇ ਆਪ ਨੂੰ ਯਿਸੂ ਮਸੀਹ ਦੇ ਰੂਪ ਵਿੱਚ ਪਵਿੱਤਰ ਆਤਮਾ ਦੇ ਵਜੋਂ ਵਸੀਲੇ ਵਜੋਂ ਪ੍ਰਗਟ ਕੀਤਾ ਹੈ। ਰੱਬ ਕਿਸੇ ਨੂੰ ਡਰਾਉਂਦਾ ਨਹੀਂ ਕਿਉਂਕਿ ਉਹ ਸਾਡਾ ਰੂਹਾਨੀ ਬਾਪ ਹੈ। ਸ਼ੈਤਾਨ ਸਾਨੂੰ ਕਈ ਤਰੀਕਿਆਂ ਨਾਲ ਡਰਾਉਂਦਾ ਕਿਉਂਕਿ ਉਸ ਨੂੰ ਇਨਸਾਨ ਨਾਲ ਕੋਈ ਪਿਆਰ ਨਹੀਂ। ਇਹਦੇ ਵਿੱਚ ਕੋਈ ਧਰਮ ਨਹੀਂ ਬਦਲਿਆ, ਕੋਈ ਕੁਛ ਨਹੀਂ ਬਦਲਿਆ, ਉਹ ਆਪਣਾ ਸਿਰਫ ਆਪਣਾ ਦਿਲ ਬਦਲਦੇ। ਆਪਾਂ ਨੂੰ ਕਿੰਨੀਆਂ ਥਾਵਾਂ ਤੇ ਪ੍ਰਭੂ ਯਿਸੂ ਜੀ ਨੇ ਕੱਢਿਆ ਹਰ ਇੱਕ। ਪਹਿਲਾਂ ਅਸੀਂ ਵੀ ਬੜੇ ਡਰਦੇ ਸੀਗੇ, ਅਸੀਂ ਵੀ ਵਹਿਮਾਂ ਭਰਮਾਂ ਚ ਬਹੁਤ ਬੜੇ ਸੀਗੇ, ਪਰ ਪ੍ਰਭੂ ਯਿਸੂ ਜੀ ਨੇ ਸਾਨੂੰ ਸਾਰਿਆਂ ਤੋਂ ਆਜ਼ਾਦ ਕੀਤਾ। ਹੁਣ ਸਾਨੂੰ ਕੋਈ ਡਰ ਵੀ ਨਹੀਂ ਲੱਗਦਾ, ਮੌਤ ਆਉਗੀ ਤਾਂ ਵੀ ਨਹੀਂ ਡਰ ਲੱਗਦਾ, ਉਹਦੇ ਕੋਈ ਜਾਣ ਦਾਂਗੇ ਕਿ ਐਵੇਂ ਜਿਹੜੇ ਰੂਹਾਨੀ ਬਾਬੇ ਡਰਾ ਦਿੰਦਾ ਤੈਨੂੰ ਆਹ ਨਾ ਕੀਤਾ, ਤੈਨੂੰ ਆਹ ਬੋਲੂ, ਆਹ ਨਾ ਕੀਤਾ, ਪਰ ਖੁਸ਼ ਵੀ ਕਿਸੇ ਨੂੰ ਨਹੀਂ ਹੋ ਸਕਦਾ। ਜਿੰਨੇ ਪਰਮੇਸ਼ੁਰ ਨੇ ਆਪਾਂ ਨੂੰ ਸਾਹ ਦਿੱਤੇ ਹੈ ਆਪਣਾ ਸਾਹ, ਉਹਨਾਂ ਸਿੱਖਰ ਕੋਈ ਵੀ ਨਹੀਂ ਲੈ ਸਕਦਾ। ਇਸ ਲਈ ਇਹ ਸ਼ੈਤਾਨ ਦੇ ਕੰਮ ਹੈ, ਇਹ ਭਗਵਾਨ ਦੇ ਕੰਮ ਹੈ। ਆਪਾਂ ਕਿਹਦੇ ਮਗਨ ਲੱਗਣਾ ਮੈਂ? ਆਪਾਂ ਕਿਹਦੇ ਮਗਨ ਲੱਗਣਾ ਹੈ? ਪਰਮੇਸ਼ੁਰ ਦੇ ਮਗਨ ਲੱਗਣਾ। ਆਪਾਂ ਸ਼ੈਤਾਨ ਨਾਲ ਕੰਮ ਨਹੀਂ ਕਰਨਾ, ਕਿਉਂਕਿ ਇੱਥੇ ਕੋਈ ਨਾ ਕਿਸੇ ਧਰਮ ਬਦਲਦਾ, ਨਾ ਕੋਈ ਦਿਲ ਬਦਲਿਆ ਜਾਂਦਾ। ਆਪਣਾ ਦਿਲ ਪਰਮੇਸ਼ੁਰ ਨਾਲ ਲੱਗ ਗਿਆ। ਆਪਾਂ ਪਰਮੇਸ਼ੁਰ ਆਪਣੇ ਕੋਲੋਂ ਕੁਛ ਨਹੀਂ ਮੰਗਦੇ, ਸਿਰਫ ਆਪਣਾ ਦਿਲ ਮੰਗਦਾ। ਕਹਿੰਦਾ ਦਿਲ ਦੇ ਵਿੱਚ ਮੈਨੂੰ ਜਗ੍ਹਾ ਦੇ ਦਿਓ, ਤੁਸੀਂ ਮੇਰੇ ਹੁਕਮਾਂ ਦੇ ਚੱਲੋ, ਮੇਰੇ ਵਾਲੇ ਕੰਮ ਕਰੋ, ਹੋਰ ਆਪਣੇ ਕੋਲੋਂ ਹੋਰ ਕੁਛ ਵੀ ਨਹੀਂ। ਅੱਜ ਦੇ ਵਚਨ ਦੇ ਲਈ ਪ੍ਰਭੂ ਮੈਂ ਤੇਰਾ ਧੰਨਵਾਦ।